असा इस टाइम जा रहे हैं जनाब साढ़े इलाके के जो एम एल ए हैं सोलह खान मस्ती फैल को क्योंकि असा उन्होंने को रोड की डिमांड की सारा रास्ता पहले मैं वीडियो चेक करा चुका कि सारा रास्ता बहुत ही कच्चा रास्ता है तो असा उन्होंने को डिमांड की गई कि भाई साकुना तकरीबन कम से कम दो किलोमीटर रोड दिता वे तो उन्होंने सनहामी भरी कि तुसा किसी टाइम चक्कर लो तो पोटेंशियल गलबात हो सी तो पहले तकरीबन दो दफा उन्होंने को समझाया लेकिन उन्होंने सू जो कार है दसा ही भाई मैं थोड़ा टाइम एक दियो मैं तो इंशाला रोड क्लियर करा दे सर अज बात इंशाला असं उत्तर वेंदे पाया तो लिखा चल के दे जड़ा शाकिर वक्त च ना पकरे जड़ा शाकिर वक्त च ना पकरे उंदा मान कहा ओ यार कहा दिल साडा शाकिर शीशे दा दिल साडा शाकिर शीशे दा अरमान लोहार दे हथ आ गए असा शाकिर पाड़े नोट हिस्से असा शाकिर पाड़े नोट हिस्से साकू निकड़े बाल भी नहीं गिंदे चंगे सजन मुहाफिज पगड़ी दे चंगे सजन मुहाफिज पगड़ी दे बद नस्ले रोल छुड़े दिन साडे नाल चलाकियां ढेर न कर साडे नाल चलाकियां ढेर न कर सब जान दे हां कोई बाल निसे सिद्धी आख चा मैं तू नहीं निभदी सिद्धी आख चा मैं तू नहीं निभदी इवें हां दियां मारां क्यों देने बंदे देख के रोंदिन जिंदगी को बंदे देख के रोंदिन जिंदगी को मैं को जिंदगी देख के रो पई है असा रुल गए यार मुसाफिर हैं असा रुल गए यार मुसाफिर हैं सकू रस्ता ला साडा कोई कहनी एक शख्स दी खातिर क्यों शाकिर एक शख्स दी खातिर क्यों शाकिर कैनात दे झेड़े मुल घिंदी तेरे शाकिर कह जे वादे हिन तेरे शाकिर कह जे वादे हिन सारी जिंदगी गई तेरी कल ना आई असा शाकिर एडे माढ़े नहीं असा शाकिर एडे माढ़े नहीं बस किस्मत हाल वंजाई वदी है ओ शाकिर लोग तबाह थी गए ओ शाकिर लोग तबाह थी गए फाइनली दोस्तों असा इस टाइम अपने इलाके दे एमएनए साहब दी बंगले खां या कोठी खां या घर खां ते पहुंच गए चल किसी गप शप लगी मुतालबा है असं वो पेश करें इस टाइम एम एन ए साहब सामने खड़ोते हैं किसी फोन से गल करें मारे
ਕਰੇ ਮੇਰੀ ਬਿਜਲੀ ਪਰ ਦੱਸ ਲਈ ਤੇ ਬਿਜਲੀ ਟ੍ਰਾਂਸਫਰ ਹੋ ਗਈ ਬੜੀ ਮਿਹਰਬਾਨੀ ਤੇ ਹੁਣ ਇਹ ਸਾਨੂੰ ਟਾਈਮ ਦਿਓ ਕੱਢਣ ਦੇ ਦਿਓ ਕੱਲ੍ਹ ਦਿੰਦੇ ਹੋ ਅੱਜ ਦਿੰਦੇ ਹੋ ਪਰਸੋਂ ਦਿੰਦੇ ਹੋ ਕੰਨਾ ਪੀਸ ਹੋਣਾ ਦੱਸ ਦੱਸ ਖਾ ਲਿਆ ਉਹ ਬਾਰਾਂ ਵਜੇ ਟਾਈਮ ਨਿਕਲਦਾ ਆਪਣਾ ਤੁਸਾਂ ਵਟਸਐਪ ਖੋਲੋ ਕੋਈ ਸਵੇਰ ਨਹੀਂ ਜਿਹੜਾ 5 ਵਜੇ ਤੇਰੇ ਕੋਲ ਦੁਆ ਨਾ ਆਵੇਗਾ ਬਾਰ ਕੱਲ ਇਨਸ਼ਾਅੱਲਾ ਠੀਕ ਹੈ 12 ਵਜੇ ਆ ਨਹੀਂ ਦੁਆ ਫਾਈਨਲੀ ਦੋਸਤੋ ਅਸਾਂ ਇਸ ਟਾਈਮ ਵਾਪਸ ਆ ਗਏ ਹਾਂ ਆਪਣੇ MLA ਸਾਹਿਬ ਕੋਲ ਟੂਰ ਲਗਾ ਕੇ ਚੱਕਰ ਲਗਾ ਕੇ ਉਸ ਨਾਲ ਗੱਲ ਇਹੋ ਹੀ ਡਿਸਾਈਡ ਹੋਈ ਕਿ MLA ਸਾਹਿਬ ਆ ਕੇ ਤੁਸਾਂ ਕੱਲ੍ਹ 12 ਵਜੇ ਮੈਂ ਇਨਸ਼ਾਅੱਲਾ ਤੁਹਾਡੇ ਕੋਲ ਚੱਕਰ ਲੈ ਸਾਂ ਤੁਹਾਡੇ ਦੇਰੇ 'ਤੇ ਤੁਹਾਡੀ ਚਾਹ ਵੀ ਪੀ ਸਾਂ ਤਾਂ ਜਿਹੜਾ ਮੁਤਾਲਬਾ ਹੈ ਉਹ ਤੁਹਾਡਾ ਮੈਂ ਇਨਸ਼ਾਅੱਲਾ ਉੱਥੇ ਆ ਕੇ ਐਲਾਨ ਕਰੇ ਸਾਂ ਕੱਲ੍ਹ ਇਨਸ਼ਾਅੱਲਾ ਉਹ ਸਾਡੇ ਕੋਲ ਆ ਸੀ ਉੱਥੇ ਆ ਕੇ ਆਪਣਾ ਐਲਾਨ ਕਰੇ ਸੀ ਅਤੇ ਅੱਜ ਦਾ ਵਲੌਗ ਮੈਂ ਅਪਲੋਡ ਨਾ ਕਰਦਾ ਪਿਆ ਕੱਲ੍ਹ ਦਾ ਜਿਹੜਾ ਉਹ ਆ ਸੀ ਸਾਡੇ ਕੋਲ ਉਸਦਾ ਵੀਡੀਓ ਔਰ ਇਹ ਇਸਮੇ ਸਾਰੇ ਇਕੱਠੇ ਹੀ ਵਲੌਗ ਅਪਲੋਡ ਕਰਦੇ ਸਾਂ ਕੱਲ੍ਹ ਦੇਖਦੇ ਹਾਂ ਕਿ ਕੱਲ੍ਹ ਓਕੇ ਆਉਣਾ ਇਹ ਪਸੰਦਗੀ ਦੀ ਅਤੇ ਮਹਿਰੂਮੀਆਂ ਦੀ ਜ਼ਿਆਦਾ ਲੜਦਾ ਪਿਆ ਮੇਰਾ ਜਿਹੜਾ ਇਹ ਮਨਸ਼ੂਰ ਮੇਰਾ ਏਜੰਡਾ ਮੇਰੀ ਸਿਆਸਤ ਦੀ ਬੁਨਿਆਦ ਹੀ ਹੈ ਇਹ ਜਿਹੜੀ ਸਾਡੀ ਇਲਾਕਾ ਪਸਮਾਂਦਾ ਕਿਉਂ ਹੈ ਮਹਿਰੂਮੀਆਂ 73-75 ਸਾਲ ਹੁਣੇ ਉਸ ਮੁਲਕ ਨੂੰ ਠੀਕ ਹੈ ਜੀ ਹਾਲੇ ਤੱਕ ਸਾਡੇ ਕੋਲ ਬੁਨਿਆਦੀ ਸਹੂਲੀਅਤ ਨਹੀਂ ਆਈ ਸਾਡੇ ਵਾਸਤੇ ਲੰਮਾ ਫਿਕਰੀਆ ਵੀ ਹੈ ਅਫਸੋਸ ਦਾ ਮਕਾਮ ਵੀ ਹੈ ਔਰ ਇਹ ਸਾਡੀ ਸਿਆਸੀ ਲੀਡਰਸ਼ਿਪ ਵਾਸਤੇ ਵੀ ਇੱਕ ਸ਼ਰਮਿੰਦਗੀ ਦਾ ਮਕਾਮ ਵੀ ਇਹ ਹਾਲੇ ਤੱਕ ਤੁਸੀਂ ਇਤਨੇ ਸੱਚੇ ਸੁੱਚੇ ਔਰ ਦਿਆਨਤਦਾਰ ਲੋਕ ਹੋ ਸਾਡੇ ਬਿਰਾਓ ਸਾਡੇ ਮੋਸੇ ਨੂੰ ਤੁਸਾਂ ਸਾਨੂੰ ਵੋਟ ਦੇ ਕੇ ਅਸੈਂਬਲੀਆਂ 'ਚ ਬੁਝਦੇ ਹੋ ਆਪਣਾ ਨੁਮਾਇੰਦਾ ਬਣਾਉਂਦੇ ਹੋ ਆਪਣਾ ਵਕੀਲ ਬਣਾਉਂਦੇ ਹੋ ਸਾਨੂੰ ਤਾਜ ਪਵਾ ਕੇ ਬੁਝਦੇ ਹੋ ਜੀ ਇਸੇ ਵਾਸਤੇ ਬੁਝਦੇ ਹੋ ਨਾ ਜੀ ਕਿ ਤੁਹਾਡੇ ਅਸਾਂ ਹਕੂਕ ਦੀ ਜੰਗ ਲੜੋ ਤੁਹਾਡੇ ਮਸਾਇਲ ਦੀ ਜੰਗ ਲੜੋ ਹੁਕਾਮੇ ਬਾਲਾ ਦੇਖੀ ਜੱਖੀ ਅੱਖ ਪਾ ਕੇ ਗੱਲ ਕਰੋ ਤੁਹਾਡੇ ਹਕੂਕ ਖਾਸ ਕੇ ਜਾਣੋ ਇਨਸ਼ਾ ਅੱਲਾਹ ਤਾਲਾ ਅੱਲਾਹ ਸੁਬਹਾਨਾ ਵ ਤਾਲਾ ਦੇ ਇਹ ਉਹਦੀ ਜ਼ਾਤ ਦਾ ਖਸੂਸੀ ਸ਼ੁਕਰ ਗੁਜ਼ਾਰ ਹਾਂ ਵਾਹਿਦ ਉਲਾ ਸ਼ਰੀਕ ਮੈਂ ਅਲਫਾਜ਼ ਬਿਆਨ ਨਾ ਕਰ ਸਕਦਾ ਮੈਂ ਤਾਂ ਕੱਖ ਬਰਾਬਰ ਹੀ ਨਾ ਉਹਦੀ ਜ਼ਾਤ ਦਾ ਕਰਾਂ ਉਹਦੀ ਜ਼ਾਤ ਦੀ ਮਿਹਰਬਾਨੀ ਔਰ ਤੁਹਾਡੇ ਬਿਰਾਵਾਂ ਦੀ ਮਿਹਰਬਾਨੀ ਆ ਇਨਸ਼ਾ ਅੱਲਾਹ ਜਿਹੜਾ ਇਹ ਵਜ਼ੀਰ ਆਜ਼ਮ ਇਮਰਾਨ ਖਾਨ ਜਾਂ ਸਰਦਾਰ ਉਸਮਾਨ ਬੁਜ਼ਦਾਰ ਦਾ ਦੌਰ ਇਹ ਤਰੱਕੀਆਤੀ ਲਿਹਾਜ਼ ਨਾਲ ਇਨਸ਼ਾ ਅੱਲਾਹ ਜਿਹੜੇ 5 ਸਾਲ ਮੁਕੰਮਲ ਥੀ ਸਨ ਇਤਨੀ ਡਿਵੈਲਪਮੈਂਟ ਇਤਨੀ ਤਰੱਕੀ ਪਾਕਿਸਤਾਨ ਦੀ ਹਿਸਟਰੀ ਨਤੀਜੋ ਸੀ ਤੁਸੀਂ ਆਪ ਦੇਖੇ ਸੋ ਕਿ ਸੜਕਾਂ ਦੇ ਸੇ ਸਨ
ਇਹ ਬਿਜਲੀਆਂ ਦੇ ਸਿਲਸਿਲੇ, ਇਹ ਗੈਸ ਦੇ ਸਿਲਸਿਲੇ, ਇਹ ਹਸਪਤਾਲਾਂ ਦੇ ਸਿਲਸਿਲੇ, ਇਹ ਜਹਾਜ਼ ਜਹਾਜ਼ ਤੇ ਜਨਾਬ ਜਿਹੜੀ ਇਹ ਕਿਹਾ ਜੋ ਤੁਹਾਡੀ ਤਾਮੀਰ ਤਰੱਕੀ ਉਹ ਤੁਹਾਨੂੰ ਦੱਸੇ ਸੀ ਜੀ ਕਿ ਕਿੱਥੋਂ ਆ ਗਈ ਹੈ ਜੀ। ਇਸ ਵਾਸਤੇ ਮੇਰੇ ਵਿਰਾਓ ਮੈਂ ਹਮੇਸ਼ਾ ਆਖਦਾ ਕਿ ਉਹ ਮੈਨੂੰ ਹਮੇਸ਼ਾ ਯਾਰ ਮੈਂ ਕੋਈ ਬੁਨਿਆਦ ਰੱਖ ਕੇ ਵਹਿੰਦਾ ਹਾਂ ਜੀ, ਮੈਂ ਮੇਰੇ ਬਣੋ ਮੈਂ ਬੁਨਿਆਦ ਰੱਖੀ ਕਿ ਜਦ ਤੱਕ ਤਾਲੀਮ ਦੀ ਰੋਸ਼ਨੀ ਨਾ ਹੋ ਸੀ ਉਹ ਮਾਰੀ ਪੜ ਸਕਦੀ। ਤਾਲੀਮ ਦੀ ਰੋਸ਼ਨੀ ਜਿਹੜੀ ਹੈ ਨਾ ਜੀ ਉਹ ਹਰ ਚੀਜ਼ 'ਤੇ ਹਾਵੀ ਹੈ ਜੀ। ਤਾਲੀਮ ਦੀ ਰੋਸ਼ਨੀ ਹੈ ਤੁਸੀਂ ਵਕੀਲ ਬਣ ਸਕੋ, ਡਾਕਟਰ ਬਣ ਸਕੋ, ਪ੍ਰੋਫੈਸਰ ਬਣ ਸਕੋ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਹੀ ਉਹ ਹੈ ਜੀ। ਕਿਉਂਕਿ ਸਿਆਣੇ ਆਖੇ ਨਾ ਬੇਲ ਮਨਤਮਾ ਖੁਦਾ ਰਾ ਸ਼ਨਾਖ, ਇੱਕ ਬਿਲ ਆਦਮੀ ਤਾਂ ਖੁਦਾ ਨੂੰ ਹੀ ਨਹੀਂ ਪਹਿਚਾਣ ਸਕਦਾ। ਕਿਉਂ ਕੁਰਾਨ ਮਜੀਦ ਆਪ ਸੱਲਾਂ ਨੇ ਸਭ ਤੋਂ ਪਹਿਲੇ ਜਿਹੜੀ ਵਹੀ ਉਤਰੀ ਆਈ ਤਾਂ ਰੀਆ ਕਰ ਨਹੀਂ ਪੜ੍ਹ, ਇਹ ਮੇਰਾ ਪਾਕ ਮੁਹਰ ਤੂੰ ਪੜ੍ਹ ਅੱਲਾਹ ਦੇ ਨਾਮ ਨਾਲ। ਤਾਂ ਤਾਲੀਮ ਦੀ ਬੜੀ ਅਹਿਮੀਅਤ ਅਤੇ ਮੈਂ ਇਸ ਵਾਸਤੇ ਕਾਲਜ ਚ ਰਿਹਾ ਹਾਂ, ਪਰ ਦੁਲੇ ਵਾਲੇ ਗਰਲਸ ਡਿਗਰੀ ਕਾਲਜ ਥੀ ਗਿਆ, ਬੋਆਇਜ਼ ਡਿਗਰੀ ਕਾਲਜ ਥੀ ਗਿਆ, ਜਿੰਨਾ ਵਾਲੇ ਗਰਲਸ ਡਿਗਰੀ ਕਾਲਜ, ਬੋਆਇਜ਼ ਡਿਗਰੀ ਕਾਲਜ, ਜੀ ਆਰਟ ਕਰੂ ਕੋਟ ਥੀ ਗਏ ਜੀ ਗਰਲਸ ਡਿਗਰੀ ਕਾਲਜ ਕੋਲ ਆਏ, ਤਹਿਸੀਲ ਹੈਡਕੁਆਟਰ ਆਏ ਗਰਲਸ ਡਿਗਰੀ ਕਾਲਜ ਕੋਲ ਆਈ, ਇੰਟਰ ਕਾਲਜ ਆਈ ਉੱਥੇ ਉਹਨੂੰ ਡਿਗਰੀ ਕਰਾਇਆ ਤਾਂ ਕੈਂਪਸ ਮਨਜ਼ੂਰ ਕਰਵਾਇਆ, ਇੰਨੀ ਆਰ ਕਮਰਸ਼ਲ ਕਾਲਜ ਬਣਵਾਇਆ, ਬੀ ਕਾਮ ਦੀਆਂ ਕਲਾਸਾਂ ਲਵਾਈਆਂ, ਬੀ ਕਾਮ ਦਾ ਕੈਂਪਸ ਬਣਾਇਆ, ਸਟਾਫ ਮਨਜ਼ੂਰ ਕਰਵਾਇਆ, ਇੰਨੀ ਆਰ ਦਰੀਆ ਖਾਨ ਸਾਰੀ ਤਹਿਸੀਲ ਆਈ ਕਾਲਜ ਕੋਲ ਆਈ, ਚਾਹੇ ਬੱਚੀਆਂ ਦਾ ਆਏ ਚਾਹੇ ਬੱਚਿਆਂ ਦਾ ਆਏ। ਤਾਂ ਇਹ ਮੈਂ ਹਮੇਸ਼ਾ ਆਖਦਾ ਕਿ ਇਹ ਜਿਹਨੇ ਭਾਈਜਾਨ ਨੂੰ ਆਖਦੇ ਨਾ ਸਿਆਣੇ ਕਿ ਮੈਨੂੰ ਜਿਹੜੇ ਹਲਕਾ ਮਿਲਦੇ ਜੀ ਉਜੜੀ ਹੋਈ ਰਨ ਨਹੀਂ ਹੁੰਦੀ ਉਹ ਰੱਖ ਜੀ, ਉਹ ਮੈਨੂੰ ਹਲਕਾ ਮਿਆਰ ਮਿਲਦਾ ਜੀ, ਜਿੱਥੇ ਮੈਂ ਬਲਾ ਛੋੜ ਕੇ ਬਹਿੰਦਾ ਨਾ ਜੀ ਉਸ ਵਗਾਂ ਪੌਣੀ ਵਧੇਗੀ ਜੀ। ਕਿਉਂ ਉਹਨਾਂ ਦੀ ਸਿਆਸਤ ਦਾ ਰੁਝਾਨ ਹੀ ਨਹੀਂ, ਉਹਨਾਂ ਦੀ ਸਿਆਸਤ ਦਾ ਰੁਝਾਨ ਜਨਾਬ ਇਹ ਜੀ ਬਈ ਲਗਾਓ ਤੇ ਛੁਡਾਓ ਤੇ ਬਣਾਓ ਤੇ ਜਨਾਬ ਝੂਠੇ ਪਰਚੇ ਕਰਾਓ ਤੇ ਸਿਆਸਤ ਕਾਮ ਕਿਨੂੰ ਜਨਾਬ ਜੀ ਉਸਤਾਦਾਂ ਤੇ ਸਾਰੀ ਬੇਟੀਆਂ ਉਸਤਾਦੀਆਂ ਦੇ ਤਬਾਦਲੇ ਕਰਾਉਂਦੀਆਂ ਨਾ ਉਹਦਾ ਸ਼ੁਭੋ ਨਹੀਂ ਕੋਈ ਇਨਸ਼ਾ ਅੱਲਾਹ ਤਾਲਾ। ਤੋਂ ਮੇਰੇ ਵਿਰਾਓ ਇਹ ਜਿਹੜੀ ਯੂਨੀਅਨ ਕੌਂਸਲ ਗੈਰਤਮੰਦ ਲੋਕ ਹੋ, ਬਾਜ਼ਮੀਰ ਲੋਕ ਹੋ, ਇਦਾਦਾਰ ਲੋਕ ਹੋ, ਬੜੀ ਮਜ਼ਬੂਤ ਮਿੱਟੀ ਦੇ ਲੋਕ ਹੋ, ਸਾਨੂੰ ਫਖਰ ਹੈ ਇਸ ਗੱਲ 'ਤੇ, ਅਸਾਂ ਬਿਰਾ ਹੈ ਇਨਸ਼ਾ ਅੱਲਾਹ। ਤੁਹਾਡੀ ਪਸੰਦਗੀ ਦਾ, ਤੁਹਾਡੀ ਮਹਿਰੂਮੀਆਂ ਦਾ ਚੈਲੰਜ ਮੈਂ ਕਬੂਲ ਕਰੀਂਗਾ, ਇੱਦਾਂ ਮੈਂ ਬੇੜਾ ਉਠਾਉਂਦਾ ਇਨਸ਼ਾ ਅੱਲਾਹ ਤਾਲਾ। ਅੱਲਾਹ ਸੁਬਹਾਨ ਵਾ ਤਾਲਾ ਕਰਮ ਫਰਮਾਏ ਸੀ ਕੁਝ ਤਾਂ ਮੈਂ ਤੁਹਾਡੀ ਜਿਹੜੀ ਯੂਨੀਅਨ ਕੋਲ ਪਹਿਲੇ ਤੁਹਾਡੇ ਕਨੈਕਸ਼ਨ ਹੀ ਕੋਣ ਹੈ ਸੱਚੀ ਗੱਲ ਕਰਾਂ, ਬਿਲਕੁਲ ਕੋਈ ਕਨੈਕਸ਼ਨ ਹੀ ਕੋਣ ਹੈ ਲਾਲਾ ਸੱਚੀ ਗੱਲ ਕਰਾਂ। ਉਹਨਾਂ ਮਤਲਬ ਹੁਣ ਅੱਲਾਹ ਤਾਲਾ ਕਰਮ ਫਰਮਾਏ ਉਹ ਚਲੋ ਮੈਂ ਆਖਾਂ ਬਈ ਐਮ ਐਮ ਰੋਡ ਦੇ ਪਰਲੇ ਸਾਈਡ ਦੇ ਸਾਰੇ ਫਿਰਾ ਜਿਹੜੇ ਤੁਹਾਡੀ ਆਪਣੀ ਕੈਮਿਸਟਰੀ, ਤੁਹਾਡੇ ਆਪਣੇ ਉਹਨਾਂ ਦੀ ਆਪਣੀ ਕੈਮਿਸਟਰੀ ਹੈ ਜੀ, ਕੋਈ ਰੋਡ ਨਾ ਆਈ ਕੋਈ ਪੋਸ਼ੇ ਨਾ ਆਈ, ਅੱਲਾਹ ਤਾਲਾ ਕਰਮ ਫਰਮਾਵੇ ਅਲਹਮਦੁਲਿਲਾ ਮੈਂ ਉਹਦੀ ਬੁਨਿਆਦ ਰੱਖ ਦਿੱਤੀ ਹੈ ਜੀ 10 ਕਿਲੋਮੀਟਰ ਜਿਹੜੀ ਹੈ ਇਨਸ਼ਾ ਅੱਲਾਹ ਉਹ ਉੱਥੋਂ ਟੱਪ ਕੇ ਜਮਟਾਂ ਵਾਲੇ ਘਰਾਂ ਕੋਲ ਸਿੱਧੀ ਵੰਝ ਕੇ ਤੋੜ ਦਾਲਾਂ ਤੱਕ ਇਨਸ਼ਾ ਅੱਲਾਹ ਬਾਅਦ ਦਾਲਾਂ ਕੋਲੋਂ ਬਾਅਦ ਤੋਂ ਉੱਥੋਂ ਇਨਸ਼ਾ ਅੱਲਾਹ ਤਾਲਾ ਸਿੱਧੀ ਦਾਲਾਂ ਤੱਕ ਗਈ ਸੀ ਨਾ ਸ਼ਹਿਰ ਤੱਕ ਜੀ, ਉਹਦੇ ਗੰਮ ਸ਼ੰਮ ਸ਼ੁਰੂ ਹੋਏ ਫੰਡ ਸ਼ੰਡ ਆ ਗਏ, ਦੂਜਾ ਸੁਣਾਉਣਾ ਕਿਸ ਨੂੰ ਚਾਰ ਚਾਰ ਤੋਂ ਰੱਖ ਦਾਲਾਂ ਤੱਕ ਉਹ ਇਨਸ਼ਾ ਅੱਲਾਹ ਸਕੂਲ ਹੀ ਤੁਹਾਡਾ ਮੇਕ ਅਪਗ੍ਰੇਡ ਕਰਵਾ ਦਿੱਤੇ ਬੱਚੀਆਂ ਦਾ ਅਤੇ ਬੱਚਿਆਂ ਦਾ ਹਾਈ ਸਕੂਲ ਜੀ, ਅਤੇ ਬਿਜਲੀਆਂ ਵੀ ਕਾਫੀ ਮਾਸ਼ਾ ਅੱਲਾਹ ਲੱਗ ਗਈਆਂ ਇੱਥੇ ਵੀ ਸਕੀਮ ਹੈ ਕੀਤੀ ਸੋ ਅੱਲਾਹ ਪਿਤਰੇ ਰਲ ਕੇ ਖਾਣ ਬੈਠ ਰਹੇ ਸਾਹਮਣੇ ਬੈਠ ਰਹੇ ਇਨਸ਼ਾ ਅੱਲਾਹ। ਅਤੇ ਬਾਕੀ ਮੇਰਾ ਵਾਅਦਾ ਇਨਸ਼ਾ ਅੱਲਾਹ ਨੌਜਵਾਨਾਂ ਦੀ ਵੀ ਗਿਆ ਜਦੋਂ ਜੋ ਬਰਾਵਾਂ ਦੀ ਵੀ ਜਦੋਂ ਜੋ ਚਾਹੇ ਵੱਡਾ ਹੈ ਚਾਹੇ ਛੋਟਾ ਹੈ ਚਾਹੇ ਕੋਈ ਹੈ ਉਹਨਾਂ ਦੀ ਜਦੋਂ ਜੋ ਇਨਸ਼ਾ ਅੱਲਾਹ ਤਾਲਾ ਤੁਹਾਡੀ ਇਹ ਪ੍ਰੋਗਰਾਮ ਮੈਂ ਬਣਾਉਂਦਾ ਹਾਂ ਜੀ, ਅਤੇ ਤੁਹਾਡੀ ਯੂਨੀਅਨ ਕੌਂਸਲ ਲੀਗ ਦੇ ਵਿੱਚ ਇੱਕ ਬੀ ਐਚ ਯੂ ਹੋਣਾ ਜ਼ਰੂਰੀ ਜ਼ਰੂਰੀ ਹੈ ਬਿਲਕੁਲ, ਠੀਕ ਹੈ ਖਾਨ ਜੀ ਸਾਰੀ ਯੂਨੀਅਨ ਜਿੱਥੇ ਮੈਨੂੰ ਬੈਨ ਦੱਸੋ ਬੈਨ ਦੱਸੋ ਦਖਾਰ ਬਣਾ ਅਰੰਤ ਹੁਮਰ ਗਈ ਸੀ ਐਨ ਕੌਣ ਤੁਹਾਡਾ ਕਾਲੀ ਦਾੜੀ ਤੇ ਬੜਾ ਚਿੱਟਣ ਟੈਨ ਮੇਰ ਦਾ ਬਤਾਈ ਬਾਬਾ ਨਹੀਂ ਹਾਂ ਸੋਨਾ ਨੂੰ ਤਾਂ ਕਰਨਾ ਹੈ ਬਾਹਰ ਕਰੋ ਮਹਿਮਾਨ ਹਮਾਰਾ ਤਾਂ ਬਚਾ ਦੇ ਉਹ ਰੱਖੀ ਕਰਤਾ ਹੋਈ ਨਹੀਂ ਉਹ ਕਹਿੰਦੇ ਕੋਕੇ ਆਲਾ 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 ਉਹ ਕਹਿੰਦੇ ਕੋਕ
अज एक मैं तो दस कि बारिश आई है, सारे मौसम बहुत ही ठंडा हो गया, यानी कि काफ़ी सर्दी हो गई है अज, क्योंकि तो पता ही वीडियो लिखा है कि भाई अज MNA साहब साढ़े खारा वाला आई उत्थे आके सारे इलाके का जैसा मुतालबा आई उस बारे ऐलान वगैरह करना आई, तो मुबारक होवे MNA साहब आए साढ़े को ऐलान कर छोड़े 2 किलोमीटर रोड असा उस मुतालबा किया जो सारे मुतालबे उसका ऐलान उन्हें कर छोड़े ना कभी इंशाल्लाह जरूर ये चीज़ दसा तो असं हम घर आ गए वापस। थैंक यू आज के व्लॉग का एंड, अगर सारी वीडियो अच्छी लगे तो सारे चैनल को सब्सक्राइब जरूर करने, वीडियो को लाइक करना। ओके जी, नेक्स्ट वीडियो तक अल्लाह हाफिज़।